Thank you.
परम सत्कार जो सतगुरु साहब श्री गुरु नानक देव पातशाह जी साजी नवाजी गुरु प्यारी गुरु सवारी गुरु रूप खालसा साध संगत जीओ सारे ही धनता के योग हो वड्याई के पात्र हो मान के हकदार हो जो धन धन साहब श्री गुरु ग्रंथ साहिब महाराज जुगो जुग अटल चावर ਸਾਧਰ ਤਖਤ ਦੇ ਬਾਲਕ ਪਤਰ ਪਾਵਨ ਭਗਤ ਵਸ਼ਰ ਕਿਰਪਾ ਨਿਧਾਨ ਮੇਰਾ ਦੇ ਸਾਗਰ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੇ ਵਿੱਚ ਇਹ ਸਲਾਨਾ ਜੋ ਮੇਲੇ ਦੇ ਖੁਸ਼ੀ ਦੇ ਵਿੱਚ ਹਾਜ਼ਰ ਹੋਏ ਹੋ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਗੁਰਫਤਿਹ ਸਾਂਝੀ ਕਰੀਏ ਹਾਜ਼ਰੀ ਦਰ ਪ੍ਰਮਾਣ ਹੋਵੇ ਦਿਓ ਪਿਆਰ ਦਾ ਸਬੋਧ ਤੇ ਰਸਨਾ ਨੂੰ ਪਵਿੱਤਰ ਕਰਦੇ ਹੋਏ ਇੱਕ ਵਾਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਦੇ ਪਤਵੰਤੇ ਸੱਜਣਾਂ ਨੇ ਪ੍ਰਬੰਧਕ ਸੱਜਣਾਂ ਨੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਨਗਰ ਦੇ ਸਹਿਯੋਗ ਨਾਲ ਸਲਾਨਾ ਇਹ ਕੁਸ਼ਤੀਆਂ ਦਾ ਦੰਗਲ ਜੋੜ ਮੇਲਾ ਤੇ ਨਾਲ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਤੇ ਧੰਨਵਾਦ ਕਰਦੇ ਹਾਂ। ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਜਾਪ ਆਰੰਭ ਕਰਾਏ ਸਨ, ਉਪਰੰਤ ਭੋਗ ਪਏ ਗਏ, ਖੁੱਲ੍ਹੇ ਦੀਵਾਨ ਛੱਡੇ ਗਏ ਜਿਸ ਵਿੱਚ ਗੁਰੂ ਘਰ ਦੇ ਕੀਰਤਨੀਆਂ ਨੇ ਨਰੋਲ ਗੁਰਬਾਣੀ ਦੇ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕੀਤਾ। ਉਪਰੰਤ ਹੁਣ ਢਾਡੀ ਦਰਬਾਰ ਸਜਿਆ ਔਰ ਆਓ ਆਪਾਂ ਜਿੱਥੇ ਗੁਰਬਾਣੀ ਦਾ ਆਨੰਦ ਮਾਣਿਆ ਗੁਰਬਾਣੀ ਨਾਲ ਜੁੜੇ ਆ ਉੱਥੇ ਇਤਿਹਾਸ ਦਾ ਵੀ ਆਨੰਦ ਮਾਣੀਏ ਕਿਉਂਕਿ ਗੁਰਬਾਣੀ ਸਤਿਗੁਰਾਂ ਦੀ ਆਤਮਾ ਹੈ, ਗੁਰਬਾਣੀ ਰੂਹ ਦੀ ਖੁਰਾਕ ਹੈ, ਗੁਰਬਾਣੀ ਸਤਿਗੁਰੂ ਦੀ ਆਤਮਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੇਵੜ ਅਵਰ ਨਾ ਕੋਈ। ਜਿੱਥੇ ਆਪਾਂ ਗੁਰਬਾਣੀ ਦਾ ਕੀਰਤਨ ਸੁਣਿਆ ਗੁਰਬਾਣੀ ਦਾ ਨਿਤਨੇਮ ਕਰਦੇ ਹਾਂ ਅਭਿਆਸੀ ਬਣਦੇ ਹਾਂ ਸਤਿਗੁਰੂ ਦੇ ਨਾਲ ਜੁੜ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਉੱਥੇ ਜੋ ਸਤਿਗੁਰਾਂ ਨੇ ਸਰੀਰ ਕਰਕੇ ਇਤਿਹਾਸ ਰਚਿਆ ਔਰ ਸਤਿਗੁਰਾਂ ਨੇ ਜੋ ਇਤਿਹਾਸ ਤਿਆਰ ਕੀਤਾ ਉਹਦੇ ਲਈ ਕਿੰਨੀਆਂ ਕੁਰਬਾਨੀਆਂ ਔਰ ਕਿਤਨਾ ਵੱਡਾ ਸੰਘਰਸ਼ ਕਰਨਾ ਪਿਆ ਉਹ ਇਤਿਹਾਸ ਪੜ੍ਹ ਕੇ ਸੁਣ ਕੇ ਵਿਚਾਰ ਕੇ ਉਹਦੀ ਸਾਂਝ ਪਾ ਕੇ ਪਤਾ ਲੱਗਦਾ ਹੈ ਕਿ ਸਤਿਗੁਰਾਂ ਨੇ ਸਾਡੇ ਲਈ ਕਿੰਨੇ ਵੱਡੇ ਪਰਉਪਕਾਰ ਕੀਤੇ ਪੂਰੇ ਪਾਏ ਕਾਰਨਾਮੇ ਕੀਤੇ ਤੇ ਤਾਂ ਆਜ਼ਾਦੀ ਦੇ ਨਾਲ ਗੁਰਦਰਬਾਰਾਂ ਦੇ ਵਿੱਚ ਇਹ ਆਪਾਂ ਕੀਰਤਨ ਤੇ ਢਾਡੀ ਵਾਰਾਂ ਸੁਣ ਰਹੇ ਹਾਂ। ਇਹ ਗੁਰੂ ਨੇ ਬਹੁਤ ਵੱਡੀ ਘਾਲਣਾ ਘਾਲੀ ਹੈ। ਸੋ ਆਓ ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇਹ ਸਿੱਖੀ ਦਾ ਬੂਟਾ ਦੁਨੀਆਂ ਦੇ ਵਿੱਚ ਲਾਇਆ ਉਹਨਾਂ ਦੀ ਸੇਵਾ ਦੇ ਵਿੱਚ ਭਾਈ ਲਹਿਣਾ ਜੀ ਆਏ ਗੁਰੂ ਅੰਗਦ ਦੇ ਪਾਤਸ਼ਾਹ ਸੇਵਾ ਕਰਕੇ ਆਪਣਾ ਗੁਰਗੱਦੀ ਦੀ ਜ਼ਿੰਮੇਵਾਰੀ ਲੈ ਗਏ। ਉਹਨਾਂ ਦੀ ਸੇਵਾ ਦੇ ਵਿੱਚ ਅਮਰਦਾਸ ਜੀ ਆਏ ਜਿਨ੍ਹਾਂ ਨੇ 20-21 ਸਾਲ ਤੀਰਥਾਂ ਦਾ ਵੀ ਭ੍ਰਮਣ ਕੀਤਾ ਪਰ ਜਦੋਂ ਮਨ ਦਾ ਟਿਕਾਉ ਨਾ ਹੋਇਆ ਤੇ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਦੇ ਨਾਲ ਜੁੜ ਕਰਕੇ ਗੁਰੂ ਅੰਗਦ ਦੇ ਪਾਤਸ਼ਾਹ ਦੀ ਸੇਵਾ ਵਿੱਚ ਜਾ ਕਰਕੇ ਗੁਰਿਆਈ ਹਾਸਲ ਕੀਤੀ ਹੈ। ਉਹਨਾਂ ਦੀ ਸੇਵਾ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਏ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੇਵਾ ਕੀਤੀ ਹੈ ਔਰ ਸੇਵਾ ਭਾਵਨਾ ਦੇ ਨਾਲ ਕਰਕੇ ਗੁਰਿਆਈ ਹਾਸਲ ਕੀਤੀ ਹੈ। ਉਹਨਾਂ ਦੇ ਅੱਗੇ 3 ਪੁੱਤਰ ਹੋਏ, ਸਭ ਤੋਂ ਵੱਡੇ ਪ੍ਰਥੀਆ ਜੀ ਸਨ, ਉਸ ਤੋਂ ਛੋਟੇ ਮਹਾਦੇਵ ਜੀ ਸਨ, ਉਸ ਤੋਂ ਛੋਟੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਨ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵੀ ਤਿਆਗ ਕਰਕੇ ਕੋਈ ਬੁੱਲਾ ਰਾਮ ਰਾਮ, ਕੋਈ ਖਦਾਏ, ਕੋਈ ਸੇਵਾ ਗਸਾਈਆ, ਕੋਈ ਅਲਾਹੇ, ਸਾਨੂੰ ਅਕਾਲੀ ਬਾਣੀ ਦੇ ਨਾਲ ਜੋੜਿਆ, ਗੁਰਬਾਣੀ ਦੇ ਨਾਲ ਅਲਾਹੀ ਜੋਤ ਦੇ ਨਾਲ ਜੋੜ ਕਰਕੇ, ਸਰਬਸਾਂ ਦੀ ਗੁਰਬਾਣੀ ਦੇ ਨਾਲ ਜੋੜ ਕਰਕੇ ਮਨੁੱਖਾਂ ਦੇ ਭਲੇ ਲਈ ਇਹ ਪਰਉਪਕਾਰ ਕੀਤਾ। ਇਹਨਾਂ ਦੇ ਇਸ ਪ੍ਰਚਾਰ ਨੂੰ ਵੱਧ ਕਰਨ ਦੇ ਲਈ ਸਮੇਂ ਦੇ ਬਾਦਸ਼ਾਹ ਜਹਾਂਗੀਰ ਨੇ ਬੜੇ ਹੱਥ ਕੰਡੇ ਮਾਰੇ। ਆਖਰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਪੁੱਤਰ ਨੇ ਜਨਮ ਲਿਆ ਜਿਸਦਾ ਨਾਂ ਰੱਖਿਆ ਹਰਗੋਬਿੰਦ ਸਾਹਿਬ। ਉਹਨਾਂ ਦੇ ਉਸਦੇ ਵੀ ਬੜੇ ਵਾਰ ਹੋਏ ਬਚਪਨ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ
ਦਾ ਪ੍ਰਚਾਰ ਕਰਨ ਤੋਂ ਬੜਾ ਰੋਕਿਆ ਤੇ ਟੋਕਿਆ ਔਰ ਕਈ ਵਾਰ ਇਹਨਾਂ ਦੇ ਲੰਗਰਾਂ ਦੇ ਵਿੱਚ ਵੀ ਡੱਕ ਪਾਇਆ ਗਿਆ ਇਹਨਾਂ ਦੇ ਪਰਿਵਾਰਕ ਔਰ ਇਹਨਾਂ ਦੇ ਜਿਹੜੇ ਯਾਨੀ ਦੁਸ਼ਮਣ ਸਨ ਮੁਰਤਜ਼ਾ ਖਾਨ ਵਰਗੇ ਸ਼ੇਖ ਬੁਖਾਰੀ ਨਕਸ਼ਬੰਦੀ ਬੰਦੇ ਜਿਹੜੇ ਸਨ ਉਹ ਅਤਿਆਚਾਰ ਕਰਨ ਵਾਲੇ ਲੋਕ ਸੱਚ ਦੇ ਧਰਮ ਦੇ ਨਾਲ ਟੱਕਰ ਲੈ ਰਹੇ ਸਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਲਾਹੌਰ ਪਹੁੰਚਾਇਆ ਗਿਆ ਸਮੇਂ ਮੁਤਾਬਕ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਹਾ ਕੇ ਸੀਸ ਦੇ ਤੱਤਾ ਰੇਤ ਪਾਇਆ ਸਮੇਂ ਦੇ ਗੇੜ ਨਾਲ ਹਜ਼ਰਤ ਮੀਆਂ ਮੀਰ ਜੀ ਲਾਹੌਰ ਪਹੁੰਚੇ ਹੋਏ ਸਨ ਉਹਨਾਂ ਨੂੰ ਪਤਾ ਲੱਗਾ ਉਹ ਭੱਜਿਆ ਭੱਜਿਆ ਆਇਆ ਸਤਿਗੁਰਾਂ ਦੇ ਦਰਸ਼ਨ ਕੀਤੇ ਔਰ ਮੇਰੇ ਪਾਤਸ਼ਾਹ ਤੱਤੀ ਤਵੀ ਤੇ ਚੌਂਕੜਾ ਮਾਰ ਕੇ ਬੈਠੇ ਸਨ ਸੀਸ ਦੇ ਤੱਤੀ ਰੇਤ ਪੈ ਰਹੀ ਸੀ ਪਹਿਲੇ ਆ ਕਰਕੇ ਉਹਨਾਂ ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਨਿਮਰਤਾ ਦੇ ਵਿੱਚ ਆ ਕੇ ਨਮਸਕਾਰ ਕੀਤੀ ਫਿਰ ਸਤਿਗੁਰਾਂ ਦੇ ਦਰਸ਼ਨ ਕੀਤੇ ਨੇਤਰਾਂ ਤੋਂ ਪਾਣੀ ਵਹਿ ਤੁਰਿਆ ਜੋ ਉਸਦੇ ਅੰਦਰ ਫਲ ਸੀ ਸ਼ਕਤੀ ਸੀ ਨਾਮ ਦੀ ਉਹ ਜਜ਼ਬਾਤ ਪੜ ਗਏ ਉਹਨਾਂ ਨੇ ਆਖਿਆ ਮਹਾਰਾਜ ਇਹ ਕੀ ਖੇਡ ਖੇਡ ਰਹੇ ਹੋ ਮੀਆਂ ਮੀਰ ਨੇ ਆਖਿਆ ਸਤਿਗੁਰਾਂ ਨੂੰ ਕਵੀ ਤਪ ਦੀ ਮਾਂਗ ਤੰਦੂਰ ਦਾਤਾ ਤਨ ਭਰ ਦਿੱਤਾ ਸਾਰਾ ਛਾਲਿਆ ਨੇ ਜਿਵੇਂ ਵੇਦ ਦੇ ਗੁੱਛੇ ਅੰਗੂਰ ਦਾਤਾ ਕੱਲ ਤਖਤੀ ਉੱਤੇ ਅੱਜ ਤਵੀ ਉੱਤੇ ਇਹ ਕੀ ਖੇਡ ਰਚਿਆ ਰੱਬੀ ਨੂਰ ਦਾਤਾ ਜੇਕਰ ਪਿਆਰ ਦੇ ਬਾਗ ਨੂੰ ਅੱਗ ਲੱਗ ਜੇ ਬਚ ਸਕਦੇ ਨੀ ਪੰਛੀ ਭੌਰ ਦਾਤਾ ਮਹਾਰਾਜ ਕੱਲ ਤਖਤ ਦੇ ਉੱਤੇ ਤੇ ਅੱਜ ਤਵੀ ਦੇ ਉੱਤੇ ਬੈਠੇ ਹੋ ਕੱਲ ਚੋਰ ਹੋ ਰਿਹਾ ਸੀ ਅੱਜ ਸੀਸ ਤੇ ਰੇਤ ਪੈ ਰਹੀ ਹੈ ਕਾਰਨ ਦੱਸੋ ਕਿਸ ਹਥਿਆਰੇ ਦਾ ਇਹ ਹੁਕਮ ਦਿੱਤਾ ਹੈ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਖਿਆ ਹਜ਼ਰਤ ਮੀਆਂ ਮੀਰ ਜੀ ਤੂੰ ਖੁਦਾਈ ਪਤਾ ਹੈ ਖੁਦਾ ਦੇ ਰੰਗ ਵਿੱਚ ਰੰਗਿਆ ਹੋਇਆ ਇਹ ਜਿਹੜਾ ਤਵੀ ਤੇ ਬਹਿ ਸਕਦਾ ਉਹ ਕੀ ਕੁਝ ਨਹੀਂ ਕਰ ਸਕਦਾ ਨਹੀਂ ਮਹਾਰਾਜ ਆਗਿਆ ਬਖਸ਼ੋ ਇਹ ਬਾਦਸ਼ਾਹ ਜਹਾਂਗੀਰ ਕਿਹੜੇ ਬਾਗ ਦੀ ਮੂਲੀ ਹੈ ਮੈਂ ਇਹਦੀ ਬਾਦਸ਼ਾਹੀ ਗਲਤ ਕਰ ਦਿਆਂਗਾ ਸਤਿਗੁਰਾਂ ਨੇ ਆਖਿਆ ਨਹੀਂ ਸੰਤਾਂ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਇਹ ਜਿਹੜਾ ਜਬਰ ਹੈ ਇਹਦਾ ਮੁਕਾਬਲਾ ਸਬਰ ਦੇ ਨਾਲ ਕਰਨਾ ਹੈ ਸਬਰ ਨੇ ਜਿੱਤਣਾ ਹੈ ਜਬਰ ਨੇ ਮੁੱਕਣਾ ਹੈ ਧਰਮ ਦੇ ਝੰਡੇ ਝੂਲਣੇ ਨੇ ਮਹਾਰਾਜ ਨੇ ਆਖਿਆ ਸੁਣ ਫਿਰ ਅਸੀਂ ਜੋਤ ਪੂਰਨੇ ਪਾਉਣੇ ਨੇ ਮੈਂ ਚਰਬੀ ਪਾ ਕੇ ਆਪੇ ਦੀ ਇੱਕ ਪੰਥਕ ਜੋਤ ਜਗਾਉਣੀ ਹੈ ਮੈਂ ਚਰਬੀ ਪਾ ਕੇ ਆਪੇ ਦੀ ਇੱਕ ਪੰਥਕ ਜੋਤ ਜਗਾਉਣੀ ਹੈ ਸਰਤੱਤੀ ਰੇਤ ਪਵਾ ਕੇ ਤੇ ਦੁਨੀਆਂ ਵਿੱਚ ਠੰਡ ਵਰਤਾਉਣੀ ਹੈ ਮੈਂ ਖਾ ਉਬਾਲੇ ਦੇਗਾਂ ਵਿੱਚ ਮੈਂ ਖਾ ਉਬਾਲੇ ਦੇਗਾਂ ਵਿੱਚ ਫਿਰ ਦੇਗ ਦੇਗ ਵਰਤਾਉਣੀ ਹੈ ਮੈਂ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਮੈਂ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਪਰ ਜ਼ਾਲਮ ਦੀ ਅਲਖ ਮਕਾਉਣੀ ਹੈ ਮੈਂ ਸਦਕੇ ਜਾਵਾਂ ਸੰਗਤ ਤੋਂ ਮੈਂ ਸਦਕੇ ਜਾਣਾ ਸੰਗਤ ਤੋਂ ਸੰਗਤ ਦੀ ਰੱਖ ਵਿਖਾਉਣੀ ਹੈ ਤੋ ਧਾਰੇ ਖੰਡੇ ਖੜਕਣਗੇ ਕਿ ਆਪਾਂ ਇੱਟ ਖੜਕਾਉਣੀ ਹੈ ਇੱਥੇ ਦੋ ਧਾਰੇ ਖੰਡੇ ਖੜਕਣਗੇ ਕਿ ਆਪਾਂ ਇੱਟ ਖੜਕਾਉਣੀ ਹੈ ਮੁੱਦੇ ਮੁੱਢੀ ਕੋ ਤਾਕਤ ਇਹ ਇੱਕ ਐਸੀ ਘੜੀ ਵੀ ਆਉਣੀ ਹੈ ਇੱਕ ਐਸੀ ਘੜੀ ਵੀ ਆਉਣੀ ਹੈ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹਾਦਤ ਦਾ ਜਾਮ ਪੀ ਗਏ ਉਹਨਾਂ ਦੇ ਵੀਰ ਸਪੁੱਤਰ ਛੇਵੇਂ ਪਾਤਸ਼ਾਹ ਬਣੇ ਹਰਗੋਬਿੰਦ ਸਾਹਿਬ ਮਹਾਰਾਜ 11 ਸਾਲ ਦੀ ਉਮਰ ਵਿੱਚ ਗੁਰਗੱਦੀ ਦੀ ਜ਼ਿੰਮੇਵਾਰੀ ਸਿਰ ਤੇ ਪੈ ਗਈ ਦੂਜੇ ਪਾਸੇ ਸ਼ਾਹ ਬਾਦਸ਼ਾਹ ਜਹਾਂਗੀਰ ਹੁਕਮ ਦੇ ਰਿਹਾ ਸੀ ਉਹ ਕਹਿੰਦਾ ਕੋਈ ਸ਼ੰਖ ਤੇ ਘੜਿਆਲ ਨਾ ਵਜਾਵੇ ਕੋਈ ਕਿਲ੍ਹਾ ਤਿਆਰ ਨਾ ਕਰੇ ਕੋਈ ਘੋੜੇ ਦੀ ਸਵਾਰੀ ਨਾ ਕਰੇ ਕੋਈ ਸ਼ਸਤਰ ਨਾ ਚੁੱਕੇ ਕੋਈ ਸਿਮਰਨ ਨਾ ਕਰੇ ਤੇ ਉਹਨੇ ਉਸ ਸਮੇਂ ਸ਼ਾਹੀ ਐਲਾਨ ਜਾਰੀ ਕਰ ਦਿੱਤੇ ਸਨ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣ ਵਾਸਤੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਗੁਰਗੱਦੀ ਦੇ ਵਾਰਸ ਬਣੇ ਸਭ ਤੋਂ ਪਹਿਲੇ ਉਹਨਾਂ ਨੇ ਅਕਾਲ ਤਖਤ ਦੀ ਰਚਨਾ ਆਰੰਭ ਕੀਤੀ ਉਸ ਸਮੇਂ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਨੂੰ ਸੱਦਿਆ ਆਖਿਆ ਤੁਸੀਂ ਇਹਨੂੰ ਤਿਆਰ ਕਰਨਾ ਹੈ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੁੱਢੇ ਉਹ ਗੁਰਦਾਸ ਬਣਾਇਓ ਕਿਸੇ ਰਾਜ ਨੇ ਹੱਥ ਲਗਾਇਓ ਸਤਿਗੁਰੂ ਦੀ ਉਸ ਸਮੇਂ ਰੇਤ ਦੇਖਦੇ ਥੱਲੇ ਉਹ 12 ਫੁੱਟ ਉੱਚਾ ਤਖ਼ਤ ਤਿਆਰ ਕੀਤਾ ਗਿਆ ਜਿਸ ਦਾ ਨਾਂ ਰੱਖਿਆ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਮੇਰੇ ਪਾਤਸ਼ਾਹ ਨੇ ਉਸ ਅਕਾਲ ਤਖ਼ਤ ਸਾਹਿਬ ਦੇ ਉੱਤੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸੀਸ ਦੇ ਉੱਤੇ ਦਵਾਲਾ ਸਜਿਆ ਉਹਦੇ ਉੱਤੇ ਚੱਕਰ ਲੱਗੇ ਚੱਕਰਾਂ ਦੇ ਉੱਤੇ ਮੋਤੀਆਂ ਜਿਹੜੀ ਕਲਗੀ ਸਜਾਈ ਗੱਲ ਮੋਤੀਆਂ ਦੀ ਮਾਲਾ ਪਹਿਨੀ ਰੇਸ਼ਮੀ ਪੋਸ਼ਾਕ ਪਹਿਨੀ ਜਿਸ ਨੂੰ ਬਾਜੂ ਬੰਦ ਲੱਗੇ ਹੋਏ ਸਨ ਦੋ ਤਲਵਾਰਾਂ ਪਹਿਨੀਆਂ ਹੋਈਆਂ ਸਨ ਮੇਰੇ ਪਾਤਸ਼ਾਹ ਦੇ ਸੱਜੇ ਹੱਥ ਦੇ ਵਿੱਚ ਸ੍ਰੀ ਸਾਹਿਬ ਖੱਬੇ ਹੱਥ ਦੇ ਵਿੱਚ ਚਿੱਟੇ ਰੰਗ ਦਾ ਬਾਗ ਇਹ ਬਾਦਸ਼ਾਹੀ ਠਾਰ ਸੀ ਇਹ ਮੀਰੀ ਤੇ ਪੀਰੀ ਹੋਸ਼ ਤੇ ਜੋਸ਼ ਪਿਆਰ ਤੇ ਸਰਕਾਰ ਆਸਾ ਦੀ ਵਾਰ ਦੇ ਨਾਲ ਹੀ ਢਾਡੀ ਵਾਰ ਨੂੰ ਵੀ
ਬਚਨ ਕਰਨ ਵਾਸਤੇ ਮੇਰੇ ਪਾਸੇ ਨੇ ਆਖਿਆ ਆਓ ਬਾਬਾ ਬੀਬੀ ਚਾਂਦੀ ਕੋਈ ਸ਼ਾਨਦਾਰ ਢਾਡੀ ਸੱਜ ਕੇ ਲਿਆਓ ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਤਿਗੁਰੂ ਦੇ ਚਰਨਾਂ ਦੇ ਵਿੱਚ ਆ ਹਾਜ਼ਰ ਹੋਈਆਂ ਜਿਵੇਂ ਪਾਤਸ਼ਾਹ ਨੇ ਉਸ ਸਮੇਂ ਸ੍ਰੀ ਅਕਾਲ ਤਖਤ ਦੀ ਰਚਨਾ ਕਰਕੇ ਔਰ ਉਸ ਸਮੇਂ ਢਾਡੀਆਂ ਨੂੰ ਸੱਜ ਕੇ ਉਹਨਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਆਉਣ ਵਾਲੇ ਸਮੇਂ ਲਈ ਚੜ੍ਹਦੀ ਕਲਾ ਦੀਆਂ ਵਾਰਾਂ ਕਿਵੇਂ ਗਾਉਣੀਆਂ ਨੇ ਗੀਰੀ ਤੇ ਪੀਰੀ ਨੂੰ ਹੋਰ ਤੇ ਜੋਸ਼ ਨੂੰ ਪਿਆਰ ਤੇ ਸਤਿਕਾਰ ਮਾਸਾ ਦੀ ਵਾਰ ਤੇ ਢਾਡੀ ਵਾਰ ਨੂੰ ਕਿਵੇਂ ਪ੍ਰਚਲਿਤ ਕੀਤਾ ਉਸ ਸਮੇਂ ਦੀ ਗੱਲ ਨੂੰ ਢਾਡੀ ਰੱਖਾ